ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਸਾਡੇ ਸਾਰਿਆਂ ਦੀ ਇੱਜ਼ਤ ਰੱਖਣ ਵਾਲੇ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਅੰਤਰਜਾਮੀ ਸੁਖ ਨਿਧਾਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏ ਮਾਨ ਗੁਰੂ ਰੂਪ ਗੁਰੂ ਪਿਆਰੀ ਸੰਗਤ ਜੀ ਆਪ ਜੀ ਬੜੇ ਵੱਡੇ ਭਾਗਾਂ ਵਾਲੇ ਹੋ ਜੋ ਸਤਿਗੁਰੂ ਜੀ ਦੇ ਹਜ਼ੂਰ ਬੈਠ ਕੇ ਸਤਿਗੁਰੂ ਜੀ ਦੇ ਸੁੰਦਰ ਦਰਸ਼ਨ ਕਰ ਰਹੇ ਹੋ ਗੁਰਬਾਣੀ ਜੀ ਦਾ ਮਨੋਹਰ ਕੀਰਤਨ ਗੁਰੂ ਪਿਆਰਿਆਂ ਪਾਸੋਂ ਆਪ ਜੀ ਨੇ ਬੜੇ ਹੀ ਪਿਆਰ ਦੇ ਨਾਲ ਸਰਵਣ ਕੀਤਾ ਹੈ ਆਓ ਕੁਝ ਸਮਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੁੜੀਏ ਗੁਰੂ ਘਰ ਦਾ ਮਹਾਨ ਪਵਿੱਤਰ ਇਤਿਹਾਸ ਹਰ ਰੋਜ਼ ਹੀ ਆਪਾਂ ਪਿਆਰ ਦੇ ਨਾਲ ਕਥਾ ਸਰਵਣ ਕਰਦੇ ਹਾਂ ਸੁਰਤੀਆਂ ਜੋੜੋ ਪਿਆਰ ਨਾਲ ਗੱਜ ਕੇ ਹਾਜ਼ਰੀ ਲਵਾਉਂਦਿਆਂ ਹੋਇਆਂ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰ ਉਪਕਾਰੀ ਦਲਾਂ ਨੂੰ ਭੰਜਣ ਵਾਲੇ ਦਲਾਂ ਨੂੰ ਨਾਸ ਕਰਨ ਵਾਲੇ ਜੋਧੇ ਸੂਰਮੇ ਸੱਚੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਥਾ ਆਪ ਜੀ ਸੰਗਤਾਂ ਬੜੇ ਹੀ ਪਿਆਰ ਦੇ ਨਾਲ ਹਰ ਰੋਜ਼ ਸਰਵਣ ਕਰਦੇ ਹੋ ਸਾਧ ਸੰਗਤ ਜੀ ਆਪ ਜੀ ਨੇ ਸਰਵਣ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਣਾਂ ਦੇ ਵਿੱਚ ਬਹੁਤ ਮਹਾਨ ਸਿੱਖ ਇੱਕ ਰਹਿੰਦਾ ਹੈ ਜਿਨ੍ਹਾਂ ਦਾ ਨਾਮ ਹੈ ਭਾਈ ਗੜੀਆ ਜੀ ਭਾਈ ਗੜੀਆ ਜੀ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵੇਲੇ ਦੇ ਸਿੱਖ ਹਨ ਭਾਈ ਗੜੀਆ ਜੀ ਨੂੰ ਗੁਰੂ ਜੀ ਨੇ ਆਪਣਾ ਰੂਪ ਬਣਾ ਕੇ ਕਸ਼ਮੀਰ ਦੇ ਵਿੱਚ ਭੇਜਿਆ ਜੀ ਉੱਥੋਂ ਦੀਆਂ ਸੰਗਤਾਂ ਦਸਵੰਧ ਇਕੱਠਾ ਕਰਕੇ ਬੈਠੀਆਂ ਹਨ ਮਹਾਰਾਜ ਨੇ ਭੇਜਿਆ ਵੀ ਜਾਓ ਦਸਵੰਧ ਇਕੱਠਾ ਕਰਕੇ ਲੈ ਕੇ ਆਓ ਭਾਈ ਗੜੀਆ ਜੀ ਮੁੱਖ ਵਿੱਚ ਗੁਰੂ ਜੀ ਦਾ ਨਾਮ ਹੈ ਹਿਰਦੇ 'ਚ ਗੁਰੂ ਜੀ ਦਾ ਧਿਆਨ ਹੈ ਇਸ ਤਰੀਕੇ ਦੇ ਨਾਲ ਤੁਰ ਪਏ ਜੀ ਇੱਕ ਗੁਰਮੁਖਾਂ ਨੂੰ ਕਿਸੇ ਨੇ ਪੁੱਛਿਆ ਗੁਰਮਤ ਕਿਹਨੂੰ ਕਹਿੰਦੇ ਹੈ ਗੁਰਮਤ ਗੁਰਮਤ ਸ਼ਬਦ ਬਹੁਤ ਚੱਲਦਾ ਹਰ ਕੋਈ ਕਹਿੰਦਾ ਵੀ ਗੁਰਮਤ ਦੇ ਧਾਰ ਨਹੀਂ ਬਣੋ ਪਰ ਗੁਰਮਤ ਕਹਿੰਦੇ ਕਿਹਨੂੰ ਨੇ ਜੀ ਹਰ ਬੰਦਾ ਜ਼ੋਰ ਲਾਉਂਦਾ ਜੀ ਵੀ ਮੈਂ ਗੁਰੂ ਦੀ ਮਤ ਅਨੁਸਾਰ ਚੱਲਾਂ ਦਿਨ ਰਾਤ ਕਥਾਵਾਚਕ ਗਿਆਨੀ ਸਿੰਘ ਕਹਿੰਦੇ ਆ ਵੀ ਗੁਰੂ ਦੀ ਮਤ ਦੇ ਅਨੁਸਾਰ ਚੱਲਣਾ ਚਾਹੀਦਾ ਮਹਾਂਪੁਰਖੋ ਗੁਰੂ ਦੀ ਮਤ ਹੈ ਕੀ ਹੈ ਬਹੁਤੀ ਲੰਮੀ ਸਾਨੂੰ ਕਥਾ ਯਾਦ ਨਹੀਂ ਆਉਣੀ ਅਤੇ ਤੁਸੀਂ ਕਿਰਪਾ ਕਰੋ ਅਤੇ ਥੋੜ੍ਹੇ ਸ਼ਬਦਾਂ ਦੇ ਵਿੱਚ ਗੁਰਮਤ ਦੀ ਸੋਝੀ ਪਾਓ ਵੀ ਗੁਰਮਤ ਕਹਿੰਦੇ ਕਿਹਨੂੰ ਨੇ ਅਤੇ ਗੁਰੂ ਦੇ ਪਿਆਰਿਆਂ ਨੇ ਫਿਰ ਉੱਤਰ ਦਿੱਤਾ ਭਾਈ ਮੁੱਖ ਵਿੱਚ ਗੁਰੂ ਜੀ ਦਾ ਨਾਮ ਹਿਰਦੇ ਵਿੱਚ ਧਿਆਨ ਅਤੇ ਮੋਹ ਰਹਿਤ ਜੀਵਨ ਜਿਹੜਾ ਹੈ ਇਹੋ ਹੀ ਗੁਰੂ ਦੀ ਮੱਤ ਹੈ ਜੀ ਫਿਰ ਸੁਣ ਲਿਓ ਮੁੱਖ ਵਿੱਚ ਨਾਮ ਪਿਆਰ ਨਾਲ ਸਾਰੇ ਕਹੋ ਵਾਹਿਗੁਰੂ ਵਾਹਿਗੁਰੂ ਹਿਰਦੇ 'ਚ ਗੁਰੂ ਜੀ ਦਾ ਧਿਆਨ ਹੁਣ ਜਿਸ ਬੰਦੇ ਦੇ ਮੁੱਖ 'ਚ ਨਾਮ ਹੋਵੇਗਾ ਹਿਰਦੇ 'ਚ ਧਿਆਨ ਹੋਵੇਗਾ ਕਦੀ ਉਹ ਗਲਤ ਪਾਸੇ ਨਹੀਂ ਜਾਏਗਾ ਜੀ ਗਲਤ ਕੰਮ ਸਾਡੇ ਕੋਲੋਂ ਉਦੋਂ ਹੁੰਦਾ ਜਦੋਂ ਹਿਰਦੇ ਤੋਂ ਗੁਰੂ ਜੀ ਦਾ ਧਿਆਨ ਨਿਕਲ ਜਾਂਦਾ ਜੀ ਧਿਆਨ ਹੈ ਡਰ ਹੈ ਗਲਤ ਕੰਮ ਨਹੀਂ ਹੁੰਦਾ ਜੀ ਮੁੱਖ ਵਿੱਚ ਨਾਮ ਹਿਰਦੇ 'ਚ ਧਿਆਨ ਅਤੇ ਮੋਹ ਰਹਿਤ ਜੀਵਨ ਜੀ ਕਿਸੇ ਚੀਜ਼ ਦੀ ਪਕੜ ਨਾ ਰੱਖਣੀ ਇਹੋ ਹੀ ਗੁਰੂ ਦੀ ਮੱਤ ਹੈ ਜੀ ਇਹਨਾਂ ਤਿੰਨਾਂ ਗੱਲਾਂ ਦੇ ਵਿੱਚ ਸਭ ਕੁਝ ਆ ਜਾਂਦਾ ਜੀ
भाई गढ़िया जी का जेड़ा जीवन है ना जी वह गुरु की मत वाला है जी। मुख च नाम है, हिरदे च गुरु हरगोबिंद साहब जी का ध्यान है, तो मोह रहत जीवन की व्याख्या अगे आ जानी जी। किसी चीज़ का मोह नहीं है जी। हुण आम तौर पर ना तो साढ़े मुख च नाम वसदा जी, ना हिरदे च ध्यान ही बजदा जी, तो पकड़ हर चीज़ की पूरी हैगी है, इस करके सानू गुरमतिए नहीं कहा जा सकता जी। ये वास्ते पढ़ाई करनी पैनी है जी, पढ़ाई करनी पैनी है। पहला पहला खूब बंदा नाम जपे अभ्यास करे, सहजे सहजे फिर सैट हो जाता जी। भाई गढ़िया जी नाम जपते जपते तुरे जा रहे हैं, एक गुजरात पाकिस्तान विच भी है, भाई साहब जी उत्थे पहुँचे जी। जदों उत्थे पहुँचे तो फिर तुसी सुनिया गुजरात दे विच मुसलमान धर्म नूं मन्नण वाला एक संत रहिंदा है जिहदा नाम है साईं मियां दौला। मियां दौला केवल मुखों नहीं भी लोग उहनूं साईं कहिंदे है संत कहिंदे है, मियां दौला दा जीवन भी संतां वाला हैगा जी। मियां दौला जी भाई गढ़िया जी नूं मिलण वास्ते आए है, भाई गढ़िया जी नूं मिल के बहुत खुशी होई जी। दोवां ने गुरु साहब की महिमा की, मियां दौला जी कहन लगे भाई गढ़िया जी लोग तुहाडी बड़ी सिफत करते हैं, लोग कहिंदे भाई गढ़िया गुरु का सिख है। आखो वाहेगुरु वाहेगुरु। गुरु अर्जन देव जी ने एक बाणी उचारी जिन्हों सुखमनी साहब कहिंदे, तुसी मेरे इच्छा हैगी है मैं सुखमनी साहब जी का पाठ तुहाडे मुखों सुना। भाई गढ़िया जी मियाँ दौला नूं कहिंदे सत बचन। मियाँ दौला वड्डी उम्र दा सीगा जी, मियाँ दौले दे सामने भाई गढ़िया जी बैठ गए, पहला श्लोक पढ़िया आद गुर ए नमह, जुगाद गुर ए नमह, सत गुर ए नमह, श्री गुरदेव ए नमह। चेता रखियो जिन्हां ने पाठ नहीं ना सिखिया वो पाठ करदे आद गुरे नमह, गुरे पाठ नहीं हैगा जी। आद गुर ए नमह वख वख पाठ हैगे आ जी। जुगाद गुर ए नमह, सतगुर ए नमह, श्री गुरदेव ए नमह, इस तरह पाठ करना है जी। भाई गढ़िया जी ने पाठ किया, पहली पौड़ी पढ़ी जी, अष्टपदी है उहदा पहला पदा पढ़िया जी। सिमरो सिमर सिमर सुख पावो, कल कलेश तन माहे मिटावो माहे मिटावो। ये जदों पहला पदा हो गया ना जी, तो पहले पदे तो बाद भाई गढ़िया जी ने पाठ किया सुख मनी सुख अमृत प्रभ नाम, भगत जिना कै मन विश्राम रहाओ। ते मियां दौला आनंद च हो गया, मियां दौला भाई गढ़िया नूं कहन लगा भी बस कर मेरी तसली हो गई है, जो मैनू चाहिदा सी ना वो आ दो पंगतियां सुन के मैनू प्राप्त हो गया। कल भी आपां विचार कीती सीगी, आखरी अर्थ सुना के फिर आप अज वाला प्रसंग विचारना है। सुख मनी सुख अमृत प्रभ नाम, सुखां नूं देण वाला सुखां दी मणि अमृत परमेश्वर दा नाम है जी। हुण तुसी नाम बारे बड़ा सुनदे हो, नाम जपना चाहीदा, जिन्ने जोगा कोई हैगा संगत जी वह नाम जपण का यतन भी बड़ा करता जी, जिन्ने जोगा कोई हैगा लगा जी। हाँ जी, कोई दो मिनट वाहेगुरु बोलता, कोई जपजी साहब का पाठ करता, कोई कला दिहाड़ी च रहरा साहब ही करता, पर जिन्ने जोगा कोई हैगा वह लगा जी। पर गुरु अर्जन देव महाराज नूं पुछो सच्चे पातशाह
नाम रहिंदा किथे है, परमेश्वर दा नाम मिलूगा कित्थों। कोई एहो जी जगह होवे जिथे नाम भी रहिंदा होवे रब दा। ते गुरु अर्जन देव साहब कहिंदे, भाई प्यारियो, सारे सुख देण वाला परमेश्वर दा नाम, ये परमेश्वर दा नाम भगतां दे हिरदे विच रहिंदा। कहिंदे भगत जना कै मन विसराम, भगतां दे मन विच नाम रहिंदा। ये गल सुनी मियां दौला आनंद च हो गया। मियां दौला कहन लगा, भी तू धन है भाई गड़िए, मैनू जो मिलना सी ना वह मिल गया। इको ही पंक्ति सुनी जी, चलो दो कह लिए जी आप। सुखमनी साहब जी दियां दो पंक्तियां सुनियां, ते मियां दौला कहन लगा भी मैनू जो मिलना ही मिल गया। चलो मैं खंडन नहीं करता जी, जे मैं इत्थे कह दिया भी इत्थे सारा सारा पाठ करन वालियां नू कुछ नहीं मिलता, तो मेरी भुल हैगी है जी। क्यों नहीं मिलता जी? बड़ा कुछ मिलता जी। असल च आपो अपनी अवस्था हैगी साध संगत की, आपो अपनी अवस्था। डेढ़ घंटा ला के जिहड़ा सुखमनी साहब जी का पाठ करता, होर भावें कुछ मिलिया जां नहीं मिलिया, पहला उहदा डेढ़ घंटा सफला होया जी, वो समा सफला हो गया जी। गुरु साहब लिख के दे के गए, बोल हर नाम सफल सा कड़ी करी। आखो वाहे गुरु। समा सफला, फिर सुख मिलते है। तो जिन्हें ज्ञान प्राप्त करना है ना जी, उन्हें एक पंक्ति बहुत है जी। जिन्हें ज्ञान प्राप्त करना जी, मियां दौला कहिंदा मैनू प्राप्त हो गया। तो भाई गढ़िया जी सुन के बड़ा खुश होए, वह मियां दौले नू कहिंदे भी तू धन है, कहिंदे एक पंक्ति सुन के आनंद च हो गया। सो इथों तक तुसां कथा सुनी, हुण आपां अगों कथा सुनीए। भाई गढ़िया जी गुजरात विच हन जी, गुजरात विच हन। हुण आपां अगों कथा सुनीए, प्यार दे नाल गज के आखो सतनाम श्री वाहे गुरु साहिब जी। फिर आखो जी सतनाम श्री वाहे गुरु साहिब जी। हाँ जी, सतनाम श्री वाहिगुरु साहिब जी। चौपाई दिन दो एक रह गढ़िया चलियो, दो दिन भाई गढ़िया जी उत्थे गुजरात विच रहे जी, संगतां दे दर्शन करदे रहे जी। दो दिन बाद भाई गढ़िया जी उत्थों चल पए जी। हाँ जी, तब है आन पुन दौला मिलियो। ते जदों भाई गढ़िया जी तुरन लगे ना जी उत्थों, मियां दौले नू पता लगा जी, मियां दौला जी भाई गढ़िया जी नू मिलन वास्ते आए जी। हाँ जी, सब सो विदा हुए चल परियो, सारियां तो विदा लई आग्या लई, ते भाई गढ़िया जी तुर पए जी, कश्मीर नू जाना जी। हाँ जी, मियां ने याको संग करियो, ते मियां दौला जी कहिंदे भी मैं थोड़ा होर अगे तोर के आउना तुहानूं, थोड़ा होर अगे तोरन चले गए जी। चेता रखियो, जिन्हां नाल प्यार होवे उहनां नूं बंदा तोरन जांदा जी, जी करदा भी इह होर समां इहनां दे कोल रहीए। हाँ जी, नगर वहर पहुंचावन गयो, ते नगर दे बाहर तक, गुजरात शहर दे बाहर तक मियां दौला जी भाई गढ़िया जी नूं छड्डन गए जी। हाँ जी, गुर जस बूझत सुन तो पयो, तुरदियां तुरदियां गुरु साहिब जी दा जस कीता, गुरु जी दी वडियाई कीती जी। हाँ जी, वहर नगर ते केतिक चाला, हाँ जी, देखियो सिकता आए बिसाला। हुण ओह तुर रहे सी ना जी जदों, ते नगर दे बाहर रेतीला इलाका आ गया जी, रेत वाला इलाका आ गया जी। हाँ जी, टूटी पन्ही गढ़िए चरण, आखो वाहे गुरु। ते संगत जी भाई गढ़िया जी ना सादगी वाले बड़े सीगे जी, टुटा ही जोड़ा पाया जी, टुटा ही जी जेड़ा जोड़ा पाया ना जी,
ਉਹ ਟੁੱਟਾ ਹੀ ਸੀਗਾ ਜੀ। ਹਾਂਜੀ ਬਾਰੂ ਪਰ ਹੈ ਧਰ ਹੈ ਜਬ ਚਰਨ, ਤੇ ਉਹ ਜਦੋਂ ਫਿਰ ਰੇਤ ਵਿੱਚ ਚਰਨ ਰੱਖਦੇ ਸੀਗੇ ਤੇ ਰੇਤ ਉੱਡਦੀ ਸੀਗੀ ਜੀ। ਹਾਂਜੀ ਜਬ ਹੈ ਉਠਾਵੇ ਹੈ ਉੱਡ ਹੈ ਵਿਸਾਲੇ, ਜਦੋਂ ਪੈਰ ਚੁੱਕ ਕੇ ਅੱਗੇ ਰੱਖਦੇ ਸੀਗੇ ਤੇ ਰੇਤ ਪਿੱਛੋਂ ਉੱਡਦੀ ਸੀਗੀ ਜੀ। ਆਪਣੇ ਪਿੰਡਾਂ ਦੇ ਬੰਦਿਆਂ ਨੇ ਵੇਖਿਆ ਹੋਣਾ ਜੀ ਇੱਦਾਂ ਜੀ। ਹਾਂਜੀ ਉਹ ਜਿਹਨਾਂ ਚੱਪਲ ਪਾਈ ਹੁੰਦੀ ਸੀ ਨਾ ਜੀ, ਤੇ ਉਹਨਾਂ ਜਦੋਂ ਪੈਰ ਅੱਗੇ ਰੱਖਣਾ ਤਾਂ ਮਿੱਟੀ ਉੱਡਣੀ ਜੀ, ਰੇਤ ਉੱਡਣੀ ਜੀ। ਹਾਂਜੀ ਜਾਨੂ ਲੱਗ ਜੰਗਨ ਕੇ ਨਾਲੇ, ਗੋਡੇ ਤੱਕ ਰੇਤ ਉੱਡ ਕੇ ਪਹੁੰਚਦੀ ਸੀਗੀ ਜੀ, ਗੋਡੇ ਤੱਕ ਰੇਤ ਪਹੁੰਚਦੀ ਸੀਗੀ, ਰੇਤੀਲਾ ਇਲਾਕਾ ਸੀਗਾ ਜੀ। ਹਾਂਜੀ ਦੇਖਤ ਦੌਲੇ ਮਨ ਠਹਿਰਾਈ, ਤੇ ਮੀਆਂ ਦੌਲਾ ਨੇ ਵੇਖਿਆ ਸਾਰੀ ਗੱਲ। ਸਿੱਖ ਬੜਾ ਕਮਾਈ ਵਾਲਾ, ਬੜਾ ਭਜਨੀਕ ਹੈ, ਨਾਮ ਜਪਣ ਵਾਲਾ। ਹਾਂਜੀ ਪਨਹੀ ਅਪਰ ਨਾ ਕਿਤੋਂ ਪਾਈ, ਪਰ ਜੋੜਾ ਤੇ ਟੁੱਟਾ ਹੀ ਪਿਆ, ਲੱਗਦਾ ਇਹਨੂੰ ਜੋੜੇ ਕੋ ਜੋੜੇ ਦੇ ਪੈਸੇ ਨਹੀਂ ਹੈਗੇ ਤੇ ਕੋਲ। ਆਖੋ ਵਾਹਿਗੁਰੂ ਤੇ ਉਦੋਂ ਚੀਜ਼ਾਂ ਬਦਲੇ ਚੀਜ਼ਾਂ ਵੀ ਮਿਲਦੀਆਂ ਹੁੰਦੀਆਂ ਸੀਗੀਆਂ ਜੀ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਿੱਖ ਹੈ ਪਰ ਜੋੜਾ ਨਹੀਂ ਕਿਤੋਂ ਮਿਲਿਆ ਇਹਨੂੰ। ਹਾਂਜੀ ਹਿਰਦੇ ਵਿਚਾਰਤ ਸੰਗ ਸੋ ਜਾਏ, ਹੁਣ ਉਹ ਸੋਚਦਾ ਸੋਚਦਾ ਨਾਲ ਤੁਰੀ ਜਾ ਰਿਹਾ ਜੀ। ਹਾਂਜੀ ਬਿਨ ਧਨ ਤੇ ਇਹ ਅਸ ਦੁੱਖ ਪਾਏ, ਤੇ ਮੀਆਂ ਦੌਲੇ ਦਾ ਪਰਉਪਕਾਰ ਵਾਲਾ ਹਿਰਦਾ ਜੀ, ਚੰਗੀ ਸੋਚ ਵਾਲਾ ਹਿਰਦਾ। ਮੀਆਂ ਦੌਲਾ ਨੇ ਸੋਚਿਆ ਸਿੱਖ ਕੋਲ ਚੰਗਾ ਜੋੜਾ ਨਹੀਂ ਹੈਗਾ, ਇਹ ਇਸ ਕਰਕੇ ਨਹੀਂ ਹੈਗਾ ਵੀ ਇਹਦੇ ਕੋਲ ਮਾਇਆ ਨਹੀਂ ਹੈਗੀ, ਗਰੀਬ ਹੈਗਾ ਸਿੱਖ, ਉਹਦੇ ਕਰਕੇ ਟੁੱਟੀ ਜੁੱਤੀ ਦਾ ਦੁੱਖ ਹੰਢਾ ਰਿਹਾ ਇਹ ਸਿੱਖ। ਹਾਂਜੀ ਕੋ ਨਿਧ ਸਿੱਧ ਗੜੀਏ ਕੋ ਦੇਵੋ, ਤੇ ਮੈਂ ਕੋਈ ਨਿੱਧੀ ਸਿੱਧੀ ਦੇ ਦਿਆਂ। ਹਾਂਜੀ ਦੇ ਸੁੱਖ ਸੰਤ ਪੁੰਨ ਮੈਂ ਲੇਵੋ, ਤੇ ਇਹ ਸੰਤਾਂ ਨੂੰ ਸੁੱਖ ਦੇਵੇਗਾ ਅੱਗੋਂ, ਇਹਨੂੰ ਕੋਈ ਤਰੀਕਾ ਦੱਸਾਂ। ਅਤੇ ਕੁਝ ਗੁਰਮੁਖ ਪਿਆਰੇ ਦੱਸਦੇ ਆ ਵੀ ਇਹਦੇ ਕੋਲ ਸੋਨਾ ਬਣਾਉਣ ਦਾ ਵੀ ਰਸਾਇਣ ਹੈਗਾ ਸੀਗਾ ਜੀ, ਚਾਰ ਪੰਜ ਧਾਤੂਆਂ ਇਕੱਠੀਆਂ ਕਰਕੇ ਤੁਹਾਨੂੰ ਸੋਨਾ ਕਿਵੇਂ ਬਣਾਈਦਾ ਜੀ। ਇੱਕ ਤਾਂ ਸੋਨਾ ਕੁਦਰਤੀ ਵੀ ਨਿਕਲ ਆਉਂਦਾ ਜੀ, ਇੱਕ ਰਸਾਇਣਾਂ ਦੇ ਨਾਲ ਵੀ ਤਿਆਰ ਹੁੰਦਾ ਜੀ। ਇਹਦੇ ਮਨ 'ਚ ਆਇਆ ਵੀ ਮੇਰੇ ਕੋਲ ਰਸਾਇਣ ਹੈ, ਮੈਂ ਇਸ ਸਿੱਖ ਨੂੰ ਦੱਸ ਦਿੰਦਾ। ਹਾਂਜੀ ਜੋ ਦੌਲੇ ਚਿੱਤ ਚਿਤਵਨ ਠਾਨੀ, ਹਾਂਜੀ ਸਭ ਗੜੀਏ ਤਤ ਛਿਨ ਪਹਿਚਾਨੀ। ਆਖੋ ਵਾਹਿਗੁਰੂ। ਤੇ ਮੀਆਂ ਦੌਲਾ ਨਾ ਭਾਈ ਗੜੀਆ ਜੀ ਦੇ ਮਗਰ ਮਗਰ ਆ ਰਿਹਾ ਜੀ ਛੱਡਣ ਵਾਸਤੇ, ਤੇ ਮੀਆਂ ਦੌਲਾ ਜੀ ਆਪਣੇ ਮਨ 'ਚ ਸੋਚ ਰਹੇ ਆ ਵੀ ਸਿੱਖ ਨੂੰ ਕੋਈ ਰਸਾਇਣ ਦੱਸੀਏ ਸੋਨਾ ਬਣਾਉਣ ਦਾ, ਇਹਦੇ ਕੋਲ ਰਸਾਇਣ ਹੋਏਗਾ, ਇਹ ਆਪਣਾ ਵੀ ਭਲਾ ਕਰੂ ਅਤੇ ਦੂਜਿਆਂ ਦਾ ਵੀ ਕਰੇਗਾ। ਚੰਗੇ ਬੰਦੇ ਕੋਲ ਚੰਗੀ ਚੀਜ਼ ਆਵੇ ਉਹ ਆਪਣਾ ਵੀ ਭਲਾ ਕਰਦਾ ਅਤੇ ਦੂਜਿਆਂ ਦਾ ਵੀ ਕਰਦਾ ਜੀ। ਉਹ ਸੋਚ ਰਿਹਾ ਜੀ ਅਤੇ ਭਾਈ ਗੜੀਆ ਜੀ ਸਮਝ ਗਏ ਵੀ ਇਹ ਤਾਂ ਮੀਆਂ ਦੌਲਾ ਮੈਨੂੰ ਗਰੀਬ ਸਮਝ ਰਿਹਾ। ਹਾਂਜੀ ਮੁਝ ਗੁਰ ਸਿੱਖ ਕੋ ਨਿਰਧਨ ਜਾਨਾ। ਆਖੋ ਵਾਹਿਗੁਰੂ। ਅੱਛਾ ਫਿਰ ਗੱਲ ਮੇਰੇ ਤੱਕ ਨਹੀਂ ਸੀਮਤ ਰਹੀ ਜੀ, ਭਾਈ ਗੜੀਆ ਜੀ ਵੀ ਅੱਗੇ ਤੁਰਦੇ ਤੁਰਦੇ ਸੋਚਣ ਲੱਗ ਪਏ ਵੀ ਮੀਆਂ ਦੌਲਾ ਮੈਨੂੰ ਗੁਰੂ ਦੇ ਸਿੱਖ ਨੂੰ ਗਰੀਬ ਸਮਝ ਰਿਹਾ ਜੀ। ਗੱਲ ਧਿਆਨ ਨਾਲ ਸੁਣਿਓ, ਮੈਨੂੰ ਗੁਰੂ ਦੇ ਸਿੱਖ ਨੂੰ ਗਰੀਬ ਸਮਝ ਰਿਹਾ। ਹਾਂਜੀ ਸ਼ਕਤਹੀਨ ਮਨ ਮੇ ਪਹਿਚਾਨਾ, ਇਹ ਕੀ ਸੋਚਦਾ ਵੀ ਸਾਡੇ ਕੋਲ ਸ਼ਕਤੀ ਕੋਈ ਨਹੀਂ ਹੈਗੀ। ਆਖੋ ਵਾਹਿਗੁਰੂ। ਸ਼ਕਤੀ ਕੋਈ ਨਹੀਂ ਹੈਗੀ, ਸਾਡੀ ਪਹੁੰਚ ਹੀ ਕੋਈ ਨਹੀਂ ਹੈਗੀ। ਹਾਂਜੀ ਆਪਣੀ ਕਲਾ ਕੁਸ਼ਕ ਦਿਖ ਰਾਵੋ, ਇਹਦੇ ਮਨ ਵਿੱਚ ਇਹੋ ਹੀ ਰਹੇਗਾ ਵੀ ਗੁਰੂ ਦੇ ਸਿੱਖ ਗਰੀਬ ਹੁੰਦੇ ਨੇ, ਗੁਰੂ ਦੇ ਸਿੱਖਾਂ ਕੋਲ ਪੈਸੇ ਨਹੀਂ ਹੈਗੇ ਜੋੜੇ ਪਾਉਣ ਦੇ। ਅਤੇ ਭਾਈ ਗੜੀਆ ਜੀ ਨੇ ਸੋਚਿਆ ਇਹਨੂੰ ਕੁਝ ਵਿਖਾਈਏ, ਜਿੰਨਾ ਚਿਰ ਤੱਕ ਇਹਨੇ ਵੇਖਿਆ ਨਾ ਨਾ ਇਹਦੀ ਸ਼ਰਧਾ ਨਹੀਂ ਬੱਜਣੀ। ਹਾਂਜੀ ਤਬ ਇਸ ਕੀ ਸਭ ਸ਼ੰਕ ਮਿਟਾਵੋ, ਇਹਦੇ ਸ਼ੰਕੇ ਦੂਰ ਉਦੋਂ ਹੋਣਗੇ ਜਦੋਂ ਵੇਖੇਗਾ ਕੁਝ। ਹਾਂਜੀ
ਤਬ ਠੰਡੋ ਹੋਏ ਦ੍ਰਿਸ਼ਟ ਨਿਹਾਰੀ। ਤੇ ਫਿਰ ਭਾਈ ਗੜੀਆ ਜੀ ਖਲੋ ਗਏ ਜੀ ਸਾਹਮਣੇ, ਮੀਆਂ ਦੌਲੇ ਨੂੰ ਵੀ ਖਿਲਾਰ ਲਿਆ। ਕਹਿੰਦੇ ਮੀਆਂ ਦੌਲੇ ਥੱਲੇ ਵੇਖ, ਥੱਲੇ ਵੇਖਿਆ ਜੀ, ਥੱਲੇ ਰੇਤ ਸੀਗੀ ਜੀ, ਰੇਤੀਲਾ ਇਲਾਕਾ ਜੋ ਸੀਗਾ ਜੀ, ਥੱਲੇ ਰੇਤ ਹੈ। ਅਤੇ ਜਦੋਂ ਭਾਈ ਗੜੀਆ ਜੀ ਨੇ ਰੇਤ ਉੱਤੇ ਦ੍ਰਿਸ਼ਟੀ ਪਾਈ ਨਾ ਜੀ, ਹਾਂਜੀ, ਚਹੁੰਦਿਸ਼ ਵਿਖੇ ਹੇਮ ਸ਼ਿਤ ਸਾਰੀ, ਅਤੇ ਸਾਰੀ ਦੀ ਸਾਰੀ ਰੇਤ ਵਾਲੀ ਧਰਤੀ ਸੋਨੇ ਦੀ ਬਣਾ ਦਿੱਤੀ ਜੀ। ਹੁਣ ਉਹਨਾਂ 'ਤੇ ਰਸਾਇਣ ਦੱਸਣਾ ਸੀਗਾ ਵੀ ਆਹ ਧਾਤੂਆਂ ਨੇ ਇਹਨਾਂ ਨੂੰ ਪਿਘਲਾ ਰਲਾ ਅਤੇ ਸੋਨਾ ਬਣਾ ਲਿਆ ਕਰੀ। ਹਾਂਜੀ, ਪੁਰਾਣੇ ਕਈਆਂ ਕੋਲ ਹੁੰਦਾ ਸੀਗਾ ਜੀ, ਪਰ ਉਹਨਾਂ ਦ੍ਰਿਸ਼ਟੀ ਪਾ ਕੇ ਹੀ ਸੋਨਾ ਬਣਾ ਦਿੱਤਾ ਜੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਨਾਂ ਦ੍ਰਿਸ਼ਟੀ ਪਾ ਕੇ ਹੀ ਸੋਨਾ ਬਣਾਤਾ ਜੀ, ਇਹਨੂੰ ਕਹਿੰਦੇ ਚਿੱਕ ਮਾਈ। ਹਾਂਜੀ, ਸਭ ਸਿਕਤਾ ਭੀ ਕੰਚਨ ਕਿਣਕੇ, ਉਹ ਜਿੰਨੀ ਰੇਤ ਸੀ ਨਾ ਉਹ ਸੋਨੇ ਦੇ ਕਿਣਕੇ ਬਣ ਗਏ ਸਾਧ ਸੰਗਤ ਜੀ। ਹਾਂਜੀ, ਬੜੇ ਰੋਰ ਸਮ ਦਿਪ ਹੈ ਰਤਨ ਕੇ, ਉਹ ਜਿੰਨੇ ਵੱਡੇ ਵੱਡੇ ਰੋੜੇ ਪਏ ਸੀ ਉਹ ਸਾਰੇ ਹੀ ਇਕਦਮ ਰਤਨ ਬਣ ਗਏ ਜੀ, ਚਮਕਾਂ ਮਾਰਨ ਦੀ। ਹਾਂਜੀ, ਦੌਲੇ ਪੀਰ ਹੇਰ ਕਰ ਸਿੱਧ ਕੋ, ਪੀਰ ਦੌਲੇ ਨੇ, ਮੀਆਂ ਦੌਲੇ ਨੇ ਵੇਖਿਆ ਕਮਾਲ ਹੋ ਗਈ, ਇੰਨੀ ਵੱਡੀ ਤਾਕਤ ਗੁਰੂ ਦੇ ਸਿੱਖ ਨੇ ਦ੍ਰਿਸ਼ਟੀ ਪਾਈ ਹੈ ਅਤੇ ਦ੍ਰਿਸ਼ਟੀ ਪਾਉਣ ਨਾਲ ਹੀ ਸਭ ਸੋਨਾ ਬਣਾ ਦਿੱਤਾ। ਹਾਂਜੀ, ਜਾਨਤ ਭਾ ਪੂਰਨ ਸਭ ਵਿਧ ਕੋ, ਆਖੋ ਵਾਹਿਗੁਰੂ। ਅਤੇ ਮੀਆਂ ਦੌਲਾ ਸਮਝਦਾ ਵੀ ਮੈਂ ਹੀ ਗਲਤ ਸਾਂ, ਮੈਂ ਇਸ ਸਿੱਖ ਨੂੰ ਗਰੀਬ ਸਮਝਿਆ, ਮੈਂ ਸੋਚਿਆ ਰਸਾਇਣ ਦਿਆਂ, ਇਹ ਤਾਂ ਵੇਖ ਵੇਖ ਹੀ ਸੋਨਾ ਬਣਾਈ ਜਾਂਦੇ ਆ। ਅਤੇ ਮਨ ਵਿੱਚ ਸਮਝ ਲਿਆ ਗੁਰੂ ਦਾ ਸਿੱਖ ਪੂਰਾ ਆਇਆ, ਬਖਸ਼ਿਸ਼ਾਂ ਨੇ ਇਹਦੇ ਕੋਲ। ਹਾਂਜੀ, ਲਛਮੀ ਕੀ ਪਰਵਾਹ ਇਸ ਨਾਹੀ, ਇਹਨੂੰ ਮਾਇਆ ਦੀ ਪਰਵਾਹ ਨਹੀਂ ਹੈਗੀ, ਪੈਸੇ ਦੀ ਤਾਂ ਪਰਵਾਹ ਹੀ ਨਹੀਂ ਹੈਗੀ। ਹਾਂਜੀ, ਸ਼ਹਿਨ ਸ਼ਾਹ ਸ਼ਕਤ ਸਭ ਪਾਹੀ, ਅਤੇ ਇਹਦੇ ਕੋਲ ਤੇ ਬਾਦ, ਇਹ ਤਾਂ ਬਾਦਸ਼ਾਹ ਹੈ ਸ਼ਕਤੀਆਂ ਦਾ, ਅਤੇ ਅਜੇ ਸੋਚਣ ਹੀ ਦਿਆ। ਅਤੇ ਭਾਈ ਗੜੀਆ ਜੀ ਕਹਿੰਦੇ ਵੀ ਦੁਬਾਰਾ ਵੇਖੋ, ਜਦੋਂ ਵੇਖਿਆ ਤਾਂ ਜੋ ਸੋਨਾ ਬਣਿਆ ਸਭ ਰੇਤ ਹੀ ਬਣ ਗਿਆ ਦੁਬਾਰਾ ਜੀ, ਮੁੜ ਰੇਤ ਬਣਾ ਦਿੱਤਾ ਜੀ। ਹਾਂਜੀ, ਅਜਰ ਜਰਨ ਔਰ ਧੀਰਜ ਧਾਰੀ, ਬੱਲੇ ਬੱਲੇ ਮੀਆਂ ਦੌਲਾ ਜੀ ਆਪਣੇ ਮਨ 'ਚ ਸੋਚ ਰਹੇ ਹੈ, ਧੰਨ ਗੁਰੂ ਦੇ ਸਿੱਖ ਨੇ, ਜੋ ਨਹੀਂ ਵੀ ਜਰਿਆ ਜਾਂਦਾ ਉਹਨੂੰ ਵੀ ਜਰਿਆ ਹੈ। ਹੁਣ ਗੱਲ ਧਿਆਨ ਨਾਲ ਸੁਣਿਓ, ਨਾਮ ਜਪਦਿਆਂ, ਪਾਠ ਪੂਜਾ ਕਰਦਿਆਂ, ਸੇਵਾ ਕਰਦਿਆਂ ਸ਼ਕਤੀਆਂ ਆਉਂਦੀਆਂ ਜੀ, ਬਰਕਤਾਂ ਆਉਂਦੀਆਂ ਨੇ, ਰਿੱਧੀਆਂ ਸਿੱਧੀਆਂ ਆਉਂਦੀਆਂ ਨੇ, ਪਰ ਗੁਰੂ ਦੇ ਸਿੱਖ ਸਭ ਕੁਝ ਜਰ ਲੈਂਦੇ ਨੇ ਸਾਧ ਸੰਗਤ ਜੀ। ਗੁਰੂ ਦੇ ਸਿੱਖ ਪ੍ਰਗਟ ਨਹੀਂ ਕੁਝ ਵੀ ਕਰਦੇ। ਹਾਂਜੀ, ਬੜੇ ਧਿਆਨ ਨਾਲ ਸੁਣਿਓ, ਉਦਣ ਬਾਬਾ ਦਰਸ਼ਨ ਸਿੰਘ ਜੀ ਗੁਮਟਾਲੇ ਵਾਲੇ ਆਏ ਸੀਗੇ ਜੀ, ਉਹਨਾਂ ਮੈਨੂੰ ਗੱਲ ਸੁਣਾਈ, ਕਹਿੰਦੇ ਬਾਬਾ ਦਇਆ ਸਿੰਘ ਜੀ ਸੁਰ ਸਿੰਘ ਵਾਲੇ ਤੁਰੇ ਜਾ ਰਹੇ ਸੀਗੇ ਜੀ, ਬਾਬਾ ਬਿਧੀ ਚੰਦ ਜੀ ਦੀ ਅੰਸ ਬੰਸ, ਬਾਬਾ ਦਇਆ ਸਿੰਘ ਜੀ ਤੁਰੇ ਜਾ ਰਹੇ ਸੀਗੇ, ਅਤੇ ਇੱਕ ਸਿੰਘ, ਉਹਨਾਂ ਤਾਂ ਮੈਨੂੰ ਪਿੰਡ ਦਾ ਨਾਂ ਵੀ ਦੱਸਿਆ ਸੀ, ਮੈਨੂੰ ਭੁੱਲ ਗਿਆ, ਕਹਿੰਦੇ ਉਸ ਪਿੰਡ 'ਚ ਕਈ ਸਿੰਘਾਂ ਦੇ ਘਰ ਉਹਨਾਂ ਫੇਰਾ ਪਾਇਆ, ਅਤੇ ਇੱਕ ਸਿੰਘ ਕਹਿੰਦਾ ਜੀ ਬਾਬਾ ਜੀ ਮੇਰੇ ਘਰ ਵੀ ਜ਼ਰੂਰ ਆਓ, ਅਤੇ ਮਹਾਂਪੁਰਖ ਕਹਿੰਦੇ ਵੀ ਸੱਤ ਵਚਨ ਸਿੰਘਾਂ ਤੇਰੇ ਘਰ ਵੀ ਚਲੇ ਜਾਂਦੇ ਹਾਂ। ਉਹਦੇ ਘਰ ਨੂੰ ਤੁਰੇ ਜੀ, ਅਤੇ ਉਹ ਰਾਹ ਟੁੱਟਾ ਸੀਗਾ ਜੀ, ਰੇਤ ਰੇਤ ਵਾਲਾ ਲੱਗਾ ਸੀਗਾ, ਟੁੱਟਿਆ ਰਾਹ ਸੀਗਾ, ਅਤੇ ਟੁੱਟਾ ਜੋੜਾ ਮਹਾਂਪੁਰਖਾਂ ਨੇ ਆਪਣੇ ਪੈਰਾਂ 'ਚ ਪਾਇਆ ਚਰਨਾਂ 'ਚ, ਰੇਤ ਉੱਡ ਉੱਡ ਕੇ ਕਹਿੰਦੇ ਗੋਡਿਆਂ 'ਤੇ ਪਵੇ ਆ ਕੇ ਜੀ ਪਿਛਲੇ ਪਾਸਿਓਂ ਜੀ। ਕਹਿੰਦੇ ਮੈਨੂੰ ਬੜਾ ਮਹਿਸੂਸ ਹੋਇਆ ਵੀ ਐਡੇ ਵੱਡੇ ਮਹਾਂਪੁਰਖ, ਬਾਬਾ ਬਿਧੀ ਚੰਦ ਜੀ ਦਾ ਖਾਨਦਾਨ, ਅਤੇ ਟੁੱਟਾ ਜੋੜਾ ਪਾਇਆ। ਕਹਿੰਦੇ ਮੈਂ ਉਹਨਾਂ ਕੋਲੋਂ ਪੱਟੀ ਤੋਂ ਉੱਤਰ ਗਿਆ, ਅਤੇ ਜਿੱਥੇ ਉਹਨਾਂ ਦਾ ਜੋੜਾ ਬਣਦਾ ਸੀ ਨਾ, ਮੈਂ ਉਹਦੇ ਕੋਲ ਗਿਆ ਅਤੇ ਉਹਨੂੰ ਕਿਹਾ ਜੋੜਾ ਬਣਾ, ਉਹਨੇ ਜੋੜਾ ਬਣਾ ਤਾ ਜੀ।
ਅਗਲੇ ਦਿਨ ਲੈ ਕੇ ਕਹਿੰਦੇ ਮੈਂ ਸੁਰ ਸਿੰਘ ਪਹੁੰਚ ਗਿਆ। ਅਤੇ ਜਦੋਂ ਕਹਿੰਦੇ ਮੈਂ ਸੁਰ ਸਿੰਘ ਪਹੁੰਚਿਆ ਅਤੇ ਮਹਾਂਪੁਰਖਾਂ ਦੇ ਚਰਨਾਂ ਅੱਗੇ ਜੋੜਾ ਰੱਖਿਆ, ਉਹ ਕਹਿੰਦੇ ਇਹ ਕੀ ਦਰਸ਼ਨ ਸਿੰਘ ਜੀ? ਕਹਿੰਦੇ ਜੀ ਕੱਲ੍ਹ ਜੋੜਾ ਟੁੱਟਾ ਸੀਗਾ ਤੁਹਾਡਾ, ਅਤੇ ਐਡੇ ਵੱਡੇ ਤੁਸੀਂ ਮਹਾਂਪੁਰਖ ਅਤੇ ਤੁਸੀਂ ਟੁੱਟਾ ਜੋੜਾ ਪਾਇਆ। ਉਹ ਕਹਿੰਦੇ ਦਰਸ਼ਨ ਸਿੰਘ ਜੀ ਬਹੁਤ ਸੋਹਣਾ ਜੋੜਾ ਹੈ। ਕਹਿੰਦੇ ਕੋਈ ਨਹੀਂ, ਇਹਨੂੰ ਸਾਂਭ ਲੈਂਦੇ ਹਾਂ, ਇਹਨੂੰ ਸਾਂਭ ਲੈਂਦੇ ਹਾਂ। ਤਾਂ ਉਹ ਜੋੜੇ ਨੂੰ ਅਜੇ ਰਿਟਾਇਰ ਨਹੀਂ ਕਰਨਾ ਸੀ, ਕਹਿੰਦੇ ਮਸਾਂ ਮਸਾਂ ਹੋਣੀ ਤੇ ਪਾਉਣ ਵਾਲਾ ਹੋਇਆ। ਕਹਿੰਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਹੋਣੀ ਤੇ ਪਾਉਣ ਵਾਲਾ ਹੋਇਆ, ਉਹ ਹੋਣੀ ਉਹ ਪਾਉਣ ਵਾਲਾ ਹੋਇਆ। ਅਤੇ ਕਹਿੰਦੇ ਅਸੀਂ ਤਾਂ ਦਿਨ ਰਾਤ ਸੰਗਤਾਂ 'ਚ ਰਹਿਣਾ, ਨਾ ਚੁੱਕੇ ਜਾਣ ਦਾ ਡਰ ਕਹਿੰਦੇ ਸਾਨੂੰ, ਅਤੇ ਸਾਨੂੰ ਉਹੋ ਹੀ ਜੋੜਾ ਚੰਗਾ ਜੀ। ਹੁਣ ਇਹ ਨਹੀਂ ਵੀ ਮਾਇਆ ਨਹੀਂ ਹੈਗੀ ਜੀ, ਝੂਠੀ ਨਿਮਰਤਾ ਵੀ ਨਹੀਂ ਹੈਗੀ ਜੀ, ਪਰ ਸਾਦਗੀ ਦੇ ਵਿੱਚ ਰਹਿਣਾ, ਸਾਦਗੀ ਦੇ ਵਿੱਚ ਰਹਿਣਾ, ਇਹ ਗੁਰੂ ਦੇ ਸਿੱਖਾਂ ਦਾ ਸੁਭਾਅ ਜੀ। ਬਾਬਾ ਫਰੀਦ ਸਾਹਿਬ ਦੱਸਦੇ ਜੀ ਭਗਤ ਕੌਣ ਹੈ। ਕਹਿੰਦੇ ਤਾਣ ਹੁੰਦੇ ਹੋਏ ਨਿਤਾਣਾ, ਮਾਣ ਹੁੰਦਾ ਹੋਏ ਨਿਮਾਣਾ। ਸ਼ਕਤੀ ਕੋਲ ਹੋਵੇ ਪਰ ਨਿਤਾਣਾ ਜਿਹਾ ਹੀ ਬਣ ਕੇ ਰਵੇ ਜੀ, ਇਉਂ ਰੱਖੇ ਵੀ ਮੇਰੇ ਕੋਲ ਕੋਈ ਤਾਕਤ ਨਹੀਂ ਹੈਗੀ ਜੀ। ਮਾਣ ਵੀ ਪੂਰਾ ਹੋਵੇ ਪਰ ਨਿਮਾਣਾ ਬਣ ਕੇ ਰਵੇ ਜੀ, ਭਾਵ ਲੋਕ ਹੱਥ ਜੋੜਨ ਮਾਣ ਮਿਲੇ ਪਰ ਫਿਰ ਵੀ ਨਿਮਾਣਾ ਬਣ ਕੇ ਰਵੇ। ਜਿਹੜਾ ਇਹ ਕੰਮ ਕਰੇਗਾ ਉਹ ਭਗਤ ਹੈਗਾ। ਕਹਿੰਦੇ ਗੱਜ ਕੇ ਆਖੋ ਵਾਹਿਗੁਰੂ। ਬੜੇ ਬੜੇ ਗੁਰਮੁਖ ਪਿਆਰੇ ਆਕਾਰ ਸੇਵਾ ਵਾਲੇ ਸਾਦੇ ਜੇ ਲਿਬਾਸ ਦੇ ਵਿੱਚ ਰਹਿੰਦੇ ਆ ਅਤੇ ਪਿਆਰੇ ਉਹ ਭਾਗ ਲੱਗੇ ਪਏ ਜੀ। ਬਾਬਾ ਹਰਭਜਨ ਸਿੰਘ ਜੀ ਭਲਵਾਨ ਜੀ ਕਿਲ੍ਹਾ ਆਨੰਦਗੜ੍ਹ ਵਾਲੇ ਸਰੀਰ ਤਿਆਗ ਗਏ, ਕਰੋੜਾਂ ਰੁਪਈਆਂ ਦੀ ਸੇਵਾ ਕਰਵਾਉਂਦੇ ਸੀਗੇ ਜੀ, ਕਰੋੜਾਂ ਦੀ ਜੀ। ਆਰਾਮਸਰ ਸਾਹਿਬ ਦੇ ਲਾਗੇ ਬੜੀ ਵੱਡੀ ਸਰਾਂ ਬਣਾਈ ਜੀ ਉਹਨਾਂ ਨੇ, ਕਰੋੜਾਂ ਰੁਪਈਆਂ ਦੀ ਸੇਵਾ ਕਰਵਾਉਂਦੇ ਜੀ। ਹਾਂਜੀ, ਅਤੇ ਅਸੀਂ ਜਦੋਂ ਮਹਾਂਪੁਰਖਾਂ ਨੂੰ ਮਿਲਣ ਗਏ ਨਾ ਜੀ, ਅਤੇ ਫਾਟੀ ਤਲਾਈ ਦੇ ਉੱਤੇ ਬੈਠੇ ਜੀ, ਆਖੋ ਵਾਹਿਗੁਰੂ। ਨਾ ਕੋਈ ਗੱਦਾ, ਨਾ ਕੋਈ ਸਰਾਣਾ, ਨਾ ਕੋਈ ਚਾਦਰ, ਫਾਟੀ ਤਲਾਈ 'ਤੇ ਬੈਠੇ ਜੀ। ਅਤੇ ਮੈਨੂੰ ਕਹਿੰਦੇ ਇਹਦੇ 'ਤੇ ਬਹਿ ਜਾ, ਆ ਕੇ ਆ ਜਾ, ਕਹਿੰਦੇ ਬਹਿ ਜਾ। ਹਾਂਜੀ, ਮੈਂ ਸੋਚਾਂ ਵੀ ਕਰੋੜਾਂ ਰੁਪਈਏ ਆ, ਵਿਛਾਈ ਨਹੀਂ ਆਪਣੇ ਲਈ ਵਧੀਆ ਰੱਖ ਸਕਦੇ ਜੀ। ਹਾਂਜੀ, ਪਰ ਉਹ ਕਰੋੜਾਂ ਰੁਪਈਏ ਗੁਰੂ ਦੀ ਸੇਵਾ 'ਚ ਲਾਏ ਨੇ ਜੀ। ਮਾਇਆ ਤਾਂ ਭਾਈ ਗੜੀਆ ਜੀ ਕੋਲ ਵੀ ਬੜੀ ਹੈ, ਪਰ ਮਾਇਆ ਹੋਣ ਦੇ ਬਾਵਜੂਦ ਵੀ ਸੇਵਾ 'ਚ ਮਾਇਆ ਲਾਈ ਹੈ ਜੀ, ਸੇਵਾ ਵਿੱਚ ਮਾਇਆ ਲਾਈ। ਗੱਜ ਕੇ ਆਖੋ ਵਾਹਿਗੁਰੂ। ਇਹੋ ਜਿਹੇ ਸਿਦਕੀ ਸਿੱਖ ਬਣਨਾ ਸੰਗਤ ਜੀ ਬੜੀ ਵੱਡੀ ਗੱਲ ਹੈਗੀ ਹੈ, ਬਹੁਤ ਵੱਡੀ ਗੱਲ ਹੈ। ਸੋ ਭਾਈ ਗੜੀਆ ਜੀ ਕੋਲ ਤਾਂ ਮਾਇਆ ਛੱਡੋ, ਉਹਨਾਂ ਕੋਲ ਤਾਂ ਤਾਕਤਾਂ ਬੜੀਆਂ ਹੈ, ਵੇਖਣ 'ਤੇ ਰੇਤ ਨੂੰ ਸੋਨਾ ਬਣਾ ਤਾ ਜੀ। ਹਾਂਜੀ, ਆਜਰ ਜਰਨ ਔਰ ਧੀਰਜ ਧਾਰੀ। ਫਿਰ ਮੀਆਂ ਦੌਲਾ ਜੀ ਸੋਚਦੇ ਵੀ ਇਹਨੇ ਤਾਂ ਬਹੁਤ ਵੱਡੀ ਤਾਕਤ ਨੂੰ ਜਰਿਆ ਹੋਇਆ ਆਪਣੇ ਅੰਦਰ, ਸਭ ਤਾਕਤਾਂ ਨੂੰ ਜਰਿਆ ਹੋਇਆ, ਬੜਾ ਵੱਡਾ ਧੀਰਜ ਰੱਖਿਆ, ਹੌਸਲਾ ਰੱਖਿਆ। ਹਾਂਜੀ, ਅਤ ਤਿਆਗੀ ਨਾਹਿਨ ਹਿਤਕਾਰੀ। ਇਹ ਤਾਂ ਅੱਤ ਦਾ ਹੀ ਤਿਆਗ ਹੈ ਜੀ, ਅੱਤ ਦਾ ਹੀ ਤਿਆਗ ਹੈ। ਚਲੋ ਮੇਰੇ ਵਰਗੇ ਕੋ ਨਹੀਂ ਹੈਗੇ ਜੀ, ਹਾਂਜੀ ਮੇਰੇ ਵਰਗੇ ਕੋ ਨਹੀਂ ਹੈਗੇ, ਮੈਂ ਕਹਿ ਦਿਆਂ ਜੀ ਟੁੱਟੇ ਜੋੜੇ ਪਾਏ ਜੀ, ਪੈਸੇ ਨਹੀਂ ਹੈਗੇ, ਜਿਹਨਾਂ ਕੋ ਹੈ ਸਾਰਾ ਕੁਝ ਫਿਰ ਵੀ ਤਿਆਗੀ ਬਣੇ ਨੇ, ਅੱਤ ਦਾ ਤਿਆਗ ਹੈ, ਅੱਤ ਦਾ ਜੀ। ਹਾਂਜੀ, ਹਾਥ ਜੋਰ ਕਦਮਨ ਪਰ ਪਰਿਓ। ਬਸ ਫਿਰ ਕੀ ਸੀ, ਗੁਰੂ ਦੇ ਸਿੱਖ ਦੀ ਤਾਕਤ ਨੂੰ ਵੇਖ ਕੇ ਮੀਆਂ ਦੌਲਾ ਜੀ ਗੁਰੂ ਦੇ ਸਿੱਖ ਦੇ ਚਰਨਾਂ 'ਤੇ ਡਿੱਗ ਗਏ ਜੀ, ਚਰਨਾਂ 'ਤੇ ਪੈ ਗਏ। ਹਾਂਜੀ, ਰਹਿਣੀ ਦੇਖ ਸੁਜਸ ਬਹੁ ਕਰਿਓ। ਵਾਹ ਜੀ ਵਾਹ, ਆਖੋ ਵਾਹਿਗੁਰੂ। ਰਹਿਣੀ ਵੇਖੀ, ਰਹਿਣੀ ਅਤੇ ਰਹਿਣੀ ਵੇਖ ਕੇ ਸੁਜਸ ਕੀਤਾ, ਤਾਰੀਫ ਕੀਤੀ ਜੀ। ਚੇਤਾ ਰੱਖਿਓ, ਗੱਲਾਂ ਮੇਰੇ ਵਰਗੀਆਂ ਬਹੁਤ ਬਹੁਤ ਵੱਡੀਆਂ ਕਰੇ ਮੁਬਾਰਕ ਨੇ, ਚੰਗੀਆਂ ਨੇ ਜੀ, ਪਰ ਜੇ ਰਹਿਣੀ ਬਹਿਣੀ ਨਹੀਂ ਹੈਗੀ ਜੀ,
ਅਤੇ ਥੋੜ੍ਹਾ ਸਮਾਂ ਹੀ ਤਾਰੀਫ ਹੋਏਗੀ, ਜ਼ਿਆਦਾ ਸਮਾਂ ਨਹੀਂ ਹੋਏਗੀ। ਅਸਲ ਸਾਡੀ ਅਸਰ ਜਿਹੜਾ ਹੈ ਨਾ ਜੀ, ਉਹ ਰਹਿਣੀ ਨੇ ਪਾਉਣਾ ਹੈ ਜੀ, ਸੁਭਾਅ ਨੇ ਪਾਉਣਾ, ਰਹਿਣ ਸਹਿਣ ਨੇ ਪਾਉਣਾ ਹੈ ਜੀ। ਰਹਿਣੀ ਵੇਖ ਕੇ ਗੁਰੂ ਦੇ ਸਿੱਖ ਦੇ ਚਰਨਾਂ 'ਤੇ ਪੈ ਗਏ ਜੀ ਉਹ। ਹਾਂਜੀ, ਧੰਨ ਤੁਮ ਹੈ ਗੁਰ ਧੰਨ ਤੁਮਹਾਰੋ। ਅਤੇ ਫਿਰ ਵਿਦਿਆਰਥੀ ਚੰਗਾ ਹੋਵੇ ਨਾ ਅਤੇ ਲੋਕ ਉਹਦੇ ਉਸਤਾਦ ਨੂੰ ਵੀ ਧੰਨ ਕਹਿੰਦੇ ਜੀ। ਹਾਂਜੀ, ਅਤੇ ਮੀਆਂ ਦੌਲਾ ਹੱਥ ਜੋੜ ਕੇ ਕਹਿੰਦਾ, ਭਾਈ ਗੜੀਆ ਜੀ ਤੁਸੀਂ ਵੀ ਧੰਨ ਅਤੇ ਤੁਹਾਡਾ ਗੁਰੂ ਵੀ ਧੰਨ ਕਹਿਣ ਲੱਗੇ। ਇੰਨੀਆਂ ਬਰਕਤਾਂ ਤੁਹਾਡੇ ਕੋਲ, ਪਰ ਇੰਨੀ ਸਾਦਗੀ। ਸਾਧ ਸੰਗਤ ਜੀ, ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲੇ, ਉਹ ਰੋਜ਼ ਰਾਤ ਨੂੰ ਨਾ ਕਥਾ ਸੁਣਦੇ ਹੁੰਦੇ ਸੀਗੇ ਨਾਨਕ ਪ੍ਰਕਾਸ਼ ਦੀ, ਅਤੇ ਕਥਾ ਸੰਪੂਰਨ ਹੋ ਗਈ ਅਤੇ ਦੀਵਾ ਬਲ ਰਿਹਾ ਸੀ ਸਰੋਂ ਦੇ ਤੇਲ ਦਾ, ਅਤੇ ਬੜੇ ਸਾਲਾਂ ਬਾਅਦ ਬਾਬਾ ਜੀ ਦਾ ਭਰਾ ਬਾਬਾ ਜੀ ਨੂੰ ਮਿਲਣ ਵਾਸਤੇ ਆਇਆ ਜੀ। ਕਥਾ ਸੰਪੂਰਨ ਹੋ ਗਈ ਤਾਂ ਉਹ ਕਹਿਣ ਲੱਗਾ ਵੀ ਮੈਂ ਘਰੇਲੂ ਜ਼ਮੀਨ ਦੀ ਗੱਲ ਕਰਨੀ ਤੁਹਾਡੇ ਨਾਲ। ਮਹਾਂਪੁਰਖਾਂ ਨੇ ਦੀਵਾ ਬੁਝਾ ਦਿੱਤਾ ਜੀ, ਹਨੇਰਾ ਹੋ ਗਿਆ। ਉਹ ਕਹਿੰਦੇ ਕਰ ਗੱਲ, ਅਤੇ ਭਰਾ ਕਹਿਣ ਲੱਗਾ ਜੀ ਮੈਂ ਇੰਨੇ ਚਿਰ ਬਾਅਦ ਤੁਹਾਡੇ ਕੋਲ ਆਇਆ ਤਾਂ ਤੁਸੀਂ ਦੀਵਾ ਜਗਦਾ ਵੀ ਬੁਝਾ ਤਾ, ਦੀਵਾ 'ਤੇ ਜਗਦਾ ਰਹਿਣ ਦਿਓ। ਅਤੇ ਪਿਆਰਿਓ, ਧੰਨ ਗੁਰੂ ਦੇ ਸਿੱਖ, ਅਸੀਂ ਨਹੀਂ ਇੰਨੀ ਨਿਮਰਤਾ ਰੱਖ ਸਕਦੇ, ਕਿਉਂਕਿ ਅਸੀਂ ਵੀ ਦਿਨ ਰਾਤ ਗੁਰੂ ਘਰ ਦੇ ਪੈਸੇ ਵਰਤਦੇ ਜੀ। ਬਾਬਾ ਹਰਬੰਸ ਸਿੰਘ ਕਹਿੰਦੇ ਗੱਲ ਸੁਣ, ਗੁਰੂ ਨਾਨਕ ਦੀ ਕਥਾ ਚੱਲ ਰਹੀ ਸੀ, ਦੀਵੇ 'ਚ ਤੇਲ ਪਾਇਆ ਸੀ ਤਾਂ ਸੰਗਤ ਨੇ ਸੁਣਨੀ ਸੀ ਕਥਾ, ਤੂੰ ਕਰਨੀ ਘਰ ਦੀ ਗੱਲ, ਘਰ ਦੀ ਗੱਲ ਤੂੰ ਮੂੰਹ ਨਾ ਕਰਨੀ ਹੈ, ਮੈਂ ਕੰਨਾਂ ਨਾਲ ਸੁਣ ਲੈਣੀ ਹੈ, ਗੁਰੂ ਘਰ ਦਾ ਤੇਲ ਕਿਉਂ ਬਾਲਣਾ ਕਹਿੰਦੇ, ਗੁਰੂ ਘਰ ਦਾ ਤੇਲ ਕਿਉਂ ਬਾਲਣਾ, ਤੂੰ ਮੂੰਹ ਨਾ ਕਹਿ ਦੇ, ਮੈਂ ਕੰਨਾਂ ਨਾਲ ਸੁਣ ਲੈਂਦਾ, ਮੈਂ ਅੱਗੋਂ ਤੈਨੂੰ ਉੱਤਰ ਦੇ ਦਿੰਦਾ ਜੀ। ਮਤਲਬ ਇੰਨੀ ਨਿਮਰਤਾ ਸਾਧ ਸੰਗਤ ਜੀ, ਇੰਨੀ ਸਾਦਗੀ ਜੀ, ਗੱਜ ਕੇ ਆਖੋ ਵਾਹਿਗੁਰੂ, ਇੰਨੀ ਸਾਦਗੀ ਜੀ, ਵਾਹਿਗੁਰੂ। ਇਹ ਬਾਬਾ ਹਰਬੰਸ ਸਿੰਘ ਜੀ, ਬਾਬਾ ਝੰਡਾ ਸਿੰਘ ਜੀ ਦੀ ਗੱਲ ਹੈ ਜੀ, ਕਾਰ ਸੇਵਾ ਵਾਲਿਆਂ ਦੀ ਜੀ। ਹਾਂਜੀ, ਧੰਨ ਤੁਮ ਹੈ ਧੰਨ ਗੁਰ ਤੁਮਾਰੋ। ਮੀਆਂ ਦੌਲਾ ਜੀ ਭਾਈ ਗੜੀਆ ਜੀ ਨੂੰ ਕਹਿਣ ਲੱਗੇ, ਭਾਈ ਗੜੀਆ ਤੂੰ ਤੇ ਧੰਨ, ਤੇਰਾ ਗੁਰੂ ਵੀ ਧੰਨ ਹੈ ਕਹਿੰਦੇ। ਹਾਂਜੀ, ਇਤੀ ਸ਼ਕਤ ਸਭ ਹਿਰਦੇ ਸਹਾਰੋ। ਇੰਨੀ ਵੱਡੀ ਸ਼ਕਤੀ ਸਮਰੱਥਾ ਨੂੰ ਜਰ ਕੇ ਰੱਖਿਆ ਤੁਸੀਂ, ਬੰਦੇ ਕੋਲ ਥੋੜ੍ਹੀ ਜਿਹੀ ਕਰਾਮਾਤ ਆ ਜੇ ਉਹ ਹੀ ਨਹੀਂ ਜਰੀ ਜਾਂਦੀ ਜੀ, ਤੁਸੀਂ ਸਭ ਕੁਝ ਜਰ ਕੇ ਰੱਖਿਆ। ਹਾਂਜੀ, ਗੜੀਏ ਕਹਿਓ ਨਾ ਗੁਰ ਘਰ ਕਮੀ। ਭਾਈ ਗੜੀਆ ਜੀ ਕਹਿੰਦੇ ਤੁਹਾਨੂੰ ਤਾਂ ਵਿਖਾਇਆ, ਗੁਰੂ ਘਰ 'ਚ ਕਮੀ ਨਹੀਂ ਹੈਗੀ ਕਿਸੇ ਗੱਲ ਦੀ, ਕਿਸੇ ਗੱਲ ਦੀ ਕਮੀ ਨਹੀਂ ਹੈਗੀ। ਹਾਂਜੀ, ਬਲ ਦੀਰਗ ਤੇ ਹੋਵਤ ਸ਼ਮੀ। ਭਾਰੀ ਬਲ ਹੁੰਦਿਆਂ ਹੋਇਆਂ ਵੀ ਸਾਨੂੰ ਗੁਰੂ ਸਾਹਿਬ ਨੇ ਇਹੋ ਉਪਦੇਸ਼ ਦਿੱਤਾ ਵੀ ਜਰ ਕੇ ਰਹਿਣਾ ਜੀ। ਤੁਸੀਂ ਨਿਤਨੇਮ ਕਰਦੇ ਹੋ, ਪੰਜ ਪਾਠ ਜਪਜੀ ਸਾਹਿਬ ਦੇ ਕਰਦੇ ਹੋ, ਪਾਠ ਕਰਕੇ ਰੌਲਾ ਪਾਈ ਜਾਓ ਜੀ ਮੈਂ ਬੜਾ ਪਾਠ ਕਰਦਾ, ਮੈਂ ਅੰਮ੍ਰਿਤ ਵੇਲੇ ਦਾ ਪੱਕਾ ਨਿਤਨੇਮੀ ਹਾਂ, ਮੇਰੇ ਜਿੰਨੀ ਸੇਵਾ ਹੀ ਕੋਈ ਨਹੀਂ ਕਰਦਾ, ਅਤੇ ਸਮਝ ਲਿਓ ਇੱਕ ਅੱਧੇ ਦਿਨ ਦੀ ਖੇਡ ਹੈ, ਮੁੜ ਨਾਗੇ ਪੈ ਜਾਣਗੇ ਜੀ। ਭਾਈ ਗੜੀਆ ਜੀ ਕਹਿੰਦੇ ਸਾਨੂੰ ਸਿੱਖਿਆ ਹੀ ਇਹ ਦਿੱਤੀ ਹੈ ਵੀ ਸਭ ਕੁਝ ਹੋ ਕੇ ਵੀ ਇੰਜ ਰਹਿਣਾ ਜਿਵੇਂ ਕੁਝ ਨਹੀਂ ਹੈਗਾ ਜੀ, ਜਰਨਾ ਹੈ ਜੀ, ਜਰਨਾ ਹੈ, ਸ਼ੋ ਜਿਹਨੂੰ ਆਪਾਂ ਕਹਿੰਦੇ ਸ਼ੋ ਹੋਣ ਤੋਂ ਬਚਣਾ ਹੈ ਜੀ, ਸ਼ੋ ਹੋਣ ਤੋਂ ਬਚਣਾ। ਚੇਤਾ ਰੱਖਿਓ ਜਿਹੜਾ ਬੀਜ ਧਰਤੀ ਦੇ ਹੇਠਾਂ ਰਹੇਗਾ ਉਹਨੂੰ ਹੀ ਫਲ ਲੱਗਦਾ, ਜੇ ਜਿਹੜਾ ਉੱਤੇ ਰਹਿੰਦਾ ਉਹਨੂੰ ਚਿੜੀਆਂ ਕਾਂ ਚੁੱਗ ਕੇ ਲੈ ਜਾਂਦੇ ਜੀ। ਇਸੇ ਤਰ੍ਹਾਂ ਜਿਹੜਾ ਪਾਠ ਕਰਕੇ ਦੂਜਿਆਂ ਨੂੰ ਸੁਣਾਇਆ, ਜਿਹੜੀ ਸੇਵਾ ਕਰਕੇ ਦੂਜਿਆਂ ਨੂੰ ਦੱਸੀ, ਜਿਹੜਾ ਸਿਮਰਨ ਕਰਕੇ ਦੂਜਿਆਂ ਨੂੰ ਦੱਸਿਆ, ਉਹ ਫਿਰ ਦੂਜਿਆਂ ਜੋਗਾ ਹੀ ਹੈ, ਤੁਹਾਡੇ ਜੋਗਾ ਨਹੀਂ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਫਿਰ ਦੂਜਿਆਂ ਜੋਗਾ ਹੀ ਹੈ, ਉਹਦਾ ਫਲ ਉਹੋ ਹੀ ਪੁੰਚਦਾ ਜਿਹੜਾ ਸੁਣਦਾ,
ਸਾਨੂੰ ਨਹੀਂ ਕੋਈ ਫਲ ਹੈਗਾ ਜੀ। ਇੱਕ ਦਿਨ ਬੰਦਾ ਕਹਿ ਦੇ ਮੈਂ ਅੰਮ੍ਰਿਤ ਵੇਲੇ ਸਵੇਰੇ ਉੱਠਦਾ, ਦੂਜੇ ਦਿਨ ਉੱਠ ਕੇ ਵਿਖਾਵੇ, ਦੂਜੇ ਦਿਨ ਨਹੀਂ ਉੱਠ ਸਕਦਾ ਸਤਸੰਗ ਜੀ। ਹਾਂਜੀ, ਇਹਮ ਕਹਿ ਦੌਲੇ ਤੇ ਹੋਏ ਵਿਦਾ, ਇਹ ਬਚਨ ਕਿਹਾ ਵੀ ਸਾਨੂੰ ਗੁਰੂ ਜੀ ਨੇ ਛੁਪੇ ਰਹਿਣ ਦੀ ਆਗਿਆ ਕੀਤੀ, ਛੁਪੇ ਰਹਿਣ ਦੀ। ਇਹ ਕਹਿ ਕੇ ਸਾਧ ਸੰਗਤ ਜੀ ਭਾਈ ਗੜੀਆ ਜੀ ਮੀਆਂ ਦੌਲਾ ਤੋਂ ਵਿਦਾ ਹੋਏ ਜੀ। ਹਾਂਜੀ, ਮਗ ਕਸ਼ਮੀਰ ਪਿਆਨਿਓ ਤਦਾ, ਤੇ ਕਸ਼ਮੀਰ ਦੇ ਰਸਤੇ ਨੂੰ ਤੁਰ ਪਏ। ਹੁਣ ਕਥਾ ਦੀ ਆਰੰਭਤਾ ਵਿੱਚ ਦਾਸ ਨੇ ਬੇਨਤੀ ਕੀਤੀ ਸੀ, ਮੁੱਖ 'ਚ ਨਾਮ, ਹਿਰਦੇ 'ਚ ਧਿਆਨ ਅਤੇ ਮੋਹ ਰਹਿਤ ਜੀਵਨ। ਆ ਗਈ ਨਾ ਜੀ ਗੱਲ ਉੱਥੇ ਜੀ, ਕੋਈ ਮੋਹ ਨਹੀਂ ਹੈਗਾ ਜੀ ਭਾਈ ਗੜੀਆ ਜੀ ਨੂੰ। ਹਾਂਜੀ, ਜਬ ਪਹੁੰਚਿਓ ਸਭ ਸੰਗਤ ਆਈ, ਜਦੋਂ ਭਾਈ ਕਸ਼ਮੀਰ ਭਾਈ ਗੜੀਆ ਜੀ ਕਸ਼ਮੀਰ ਪਹੁੰਚੇ, ਕਸ਼ਮੀਰ ਦੀਆਂ ਸੰਗਤਾਂ ਇਕੱਠੀਆਂ ਹੋ ਗਈਆਂ। ਕਰੇ ਭਾਉ ਕੋ ਸੀਸ ਨਿਵਾਈ, ਬੜੀ ਭਾਵਨਾ ਦੇ ਨਾਲ ਭਾਈ ਗੜੀਆ ਜੀ ਨੂੰ ਗੁਰੂ ਜੀ ਦਾ ਹੀ ਰੂਪ ਸਮਝ ਕੇ ਸੇਵਾ ਕੀਤੀ ਸਾਰਿਆਂ ਨੇ। ਹਾਂਜੀ, ਪਦ ਰਜ ਸੋ ਮੁਖ ਪਰ ਕਰ ਫਿਰਿਓ, ਭਾਈ ਗੜੀਆ ਜੀ ਦੇ ਚਰਨਾਂ ਦੀ ਧੂੜ ਆਪਣੇ ਮੁਖ ਤੇ ਲਾਈ, ਅਸੀਂ ਧੰਨ ਹੈ ਸਾਡੇ ਕੋਲ ਗੁਰੂ ਜੀ ਦਾ ਸਿੱਖ ਆਇਆ ਜੀ। ਹਾਂਜੀ, ਲਇਓ ਹੁਕਮਨਾਮਾ ਸਿਰ ਧਰਿਓ, ਤੇ ਗੁਰੂ ਸਾਹਿਬ ਨੇ ਹੁਕਮਨਾਮਾ ਲਿਖਿਆ ਸੀ ਕਸ਼ਮੀਰ ਦੀ ਸੰਗਤ ਨੂੰ ਵੀ ਭਾਈ ਗੜੀਆ ਜੀ ਸਾਡੇ ਰੂਪ ਨੇ, ਤੁਸੀਂ ਜਿੰਨੀ ਮਾਇਆ ਭਾਈ ਸਾਨੂੰ ਦੇਣੀ ਹੈ ਨਾ ਉਹ ਭਾਈ ਗੜੀਆ ਜੀ ਨੂੰ ਦੇ ਦਿਓ। ਇਹ ਹੁਕਮਨਾਮਾ ਦਿੱਤਾ, ਸੰਗਤਾਂ ਨੇ ਹੁਕਮਨਾਮੇ ਦਾ ਸਤਿਕਾਰ ਕੀਤਾ ਜੀ। ਹਾਂਜੀ, ਪੜ੍ਹ ਕਰ ਸਭ ਔਰ ਆਨੰਦ ਭਰਿਓ, ਸੰਗਤਾਂ ਹੁਕਮਨਾਮਾ ਪੜ੍ਹ ਕੇ ਬਹੁਤ ਖੁਸ਼ ਹੋਈਆਂ ਜੀ। ਹਾਂਜੀ, ਗੁਰੂ ਪੁਰਬ ਸੰਗਤ ਨੇ ਕਰਿਓ, ਤੇ ਸਾਧ ਸੰਗਤ ਜੀ ਗੁਰਪੁਰਬ ਵੀ ਸੀ, ਗੁਰਪੁਰਬ ਸੀ ਇਹ ਵੀ। ਸੰਗਤ ਕਹਿੰਦੀ ਸੀ ਮਹਾਰਾਜ ਗੁਰਪੁਰਬ ਤੇ ਸਾਡੇ ਕੋਲ ਆਓ, ਤੇ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਭਾਈ ਗੜੀਆ ਜੀ ਸਾਡਾ ਹੀ ਰੂਪ ਨੇ, ਗੁਰਪੁਰਬ ਇਹਨਾਂ ਨਾਲ ਮਨਾਓ ਸਾਰੇ। ਤੇ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਆ ਗਿਆ, ਬਹੁਤ ਖੁਸ਼ੀ ਨਾਲ ਗੁਰਪੁਰਬ ਮਨਾਇਆ ਸਾਰਿਆਂ ਨੇ। ਹਾਂਜੀ, ਕਰ ਇਕੱਠੀ ਗੁਰ ਕਾਰ ਕਦੀਦ, ਤੇ ਸਭ ਮਾਇਆ ਇਕੱਠੀ ਕੀਤੀ, ਇੱਕ ਰਸੀਦ ਲਿਖ ਦਿੱਤੀ ਜੀ। ਹਾਂਜੀ, ਦੇ ਕੈ ਸਰਬ ਲਿਖਾਏ ਰਸੀਦ, ਗੜੀਏ ਦਰਬ ਪਾਏ ਗੁਰ ਡੇਰੇ, ਨਾਨਾ ਭੋਜਨ ਕੀਨ ਕਨੇਰੇ। ਉਹ ਜਿੰਨੀ ਮਾਇਆ ਸੀ ਨਾ ਜੀ ਸੰਗਤਾਂ ਨੇ ਦਿੱਤੀ, ਭਾਈ ਗੜੀਆ ਜੀ ਨੇ ਇੱਕ ਰਸੀਦ ਬਣਾ ਲਿੱਤੀ ਜੀ, ਸੰਗਤ ਨੇ ਵੀ ਦਸਖਤ ਕਰ ਦਿੱਤੇ ਜੀ। ਹਾਂਜੀ, ਸਤ ਸੰਗਤ ਕੋ ਕਰ ਭੋਗ ਆਏ, ਦਿਓ ਰੰਕ ਜੋ ਮੰਗਨ ਆਏ। ਪਰ ਹੁਣ ਕਮਾਲ ਦੀ ਗੱਲ ਇਹ ਹੈ, ਗੁਰਪੁਰਬ ਮਨਾਉਣਾ ਹੈ, ਮਾਇਆ ਤਾਂ ਆਉਂਦਿਆਂ ਹੀ ਦੇ ਦਿੱਤੀ ਜੀ। ਅਗਲੀ ਗੱਲ ਗੁਰਪੁਰਬ ਦੀ ਸੀਗੀ, ਗੁਰਪੁਰਬ ਮਨਾਉਣਾ ਅਤੇ ਗੁਰਪੁਰਬ ਵਾਸਤੇ ਸੰਗਤਾਂ ਕੋਲ ਬਹੁਤੀ ਮਾਇਆ ਨਹੀਂ ਸੀ ਹੈਗੀ ਜੀ। ਅਤੇ ਭਾਈ ਗੜੀਆ ਜੀ ਨੂੰ ਸੰਗਤਾਂ ਨੇ ਜਿਹੜੀ ਮਾਇਆ ਦਿੱਤੀ ਨਾ ਜੀ, ਭਾਈ ਗੜੀਆ ਜੀ ਨੇ ਸਾਰੀ ਮਾਇਆ ਦਾ ਹੀ ਗੁਰਪੁਰਬ ਮਨਾ ਦਿੱਤਾ ਜੀ, ਸਾਰੀ ਮਾਇਆ ਦਾ ਗੁਰਪੁਰਬ ਮਨਾ ਦਿੱਤਾ। ਨਾਲ ਗਰੀਬਾਂ ਨੂੰ ਵੀ ਲੰਗਰ ਖੂਬ ਛਕਾਇਆ ਜੀ। ਹਾਂਜੀ, ਕਰਿਓ ਖਰਚ ਜੇਤਕ ਗੁਰਦਰਬਾ, ਜਿੰਨੀ ਮਾਇਆ ਗੁਰੂ ਸਾਹਿਬ ਦੀ ਸੀ ਗੁਜਰਾਤ ਤੋਂ ਵੀ ਮਿਲੀ, ਸਾਰੀ ਮਾਇਆ ਲਾ ਕੇ ਬੜੇ ਵੱਡੇ ਪੱਧਰ 'ਤੇ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਮਨਾਇਆ ਜੀ। ਹਾਂਜੀ, ਪੁਰ ਕਸ਼ਮੀਰ ਵਿਖੇ ਸੋ ਸਰਬਾ, ਕਸ਼ਮੀਰ ਦੇ ਵਿੱਚ ਫਿਰ ਪਹਿਲੀ ਵਾਰੀ ਇੰਨੇ ਵੱਡੇ ਪੱਧਰ 'ਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਮਨਾਇਆ ਗਿਆ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ, ਗੁਰਪੁਰਬ 'ਤੇ ਕਮੀ ਨਹੀਂ ਰੱਖਣੀ ਚਾਹੀਦੀ ਜੀ, ਕਮੀ ਨਹੀਂ ਰੱਖਣੀ ਚਾਹੀਦੀ। ਜਿੰਨੀ ਕਿਸੇ ਕੋਲ ਸਰਦਾ ਬਣਦਾ, ਬੰਦਾ ਵੱਧ ਤੋਂ ਵੱਧ ਕੋਸ਼ਿਸ਼ ਕਰੇ ਜੀ। ਹਾਂਜੀ, ਹਟ ਆਇਓ ਗੁਰਦਰਸ਼ਨ ਕੀਨਾ, ਵਾਪਸ ਆ ਗਏ ਜੀ ਸ੍ਰੀ ਹਰਗੋਬਿੰਦਪੁਰ, ਵਾਪਸ ਆ ਕੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਜੀ। ਪਰਿਓ ਚਰਨ ਪਰ ਪ੍ਰੇਮ ਪਰਬੀਨਾ, ਬੜੇ ਹੀ ਪਿਆਰ ਦੇ ਨਾਲ ਭਾਈ ਗੜੀਆ ਜੀ ਗੁਰੂ ਜੀ ਦੇ ਚਰਨਾਂ 'ਤੇ ਆ ਕੇ ਸਿਰ ਰੱਖਿਆ ਜੀ। ਹਾਂਜੀ, ਬੁਝਿਓ ਸਤਿਗੁਰ ਕਹੋ ਕਿਆ ਲਿਆਇਓ, ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਕਹਿਣ ਲੱਗੇ ਵੀ ਦੱਸੋ ਕੀ ਲੈ ਕੇ ਆਏ ਹੋ, ਸੰਗਤਾਂ ਨੇ ਮਾਇਆ ਦਿੱਤੀ ਹੋਏਗੀ।
क्या संगत ने तुव अरपायो, संगत ने तुहानू की भेट कीता, हाँ जी, कहत पायो सुन श्री गुरु स्वामी, हाँ जी, सब जानत तुम अंतर जामी। ते भाई गड़िया जी दे कोल ते हुण कुछ भी नहीं सीगा जी देण नूं जी, सब कुछ ही गुरपुरब ते खर्च दिता सीगा जी। ते भाई गड़िया जी गुरु हरगोबिंद साहब अगे हथ जोड़ के कहिंदे, सतगुरु महाराज तुसीं सारी गल जानदे हो, जो होया वह आप जी नूं पता। हाँ जी, गुर पूजा जो सिखन दीनी, सो मैं तुमको अर्पण कीनी। सच्चे पातशाह सिखां ने जिहड़ी माया मैनू भेटा कीती वह मैं तुहानू सिद्धी पहले ही दे दित्ती है, सिद्धी दे दित्ती पहला। हाँ जी, कर गुर पुरब सिख त्रिपताए, तुम सब घट भोगी सुख पाए। सच्चे पातशाह गुरपुरब मना लिया ते महाराज तुहाडियां संगतां बहुत खुश होईयां, ते मैं ते माया सिद्धी तुहानू दे दित्ती पहला ही जी। इहदा भाव सुणियो, जिहड़ी तुसीं गुरपुरब दे उत्ते माया खर्चदे हो वह माया सीधी गुरु हरगोबिंद साहब जी के कोल ही आती है जी, भाव गुरु साहब जी के कोल आती है जी। हाँ जी, सुन कर सतगुर बिगसन कीना, महाराज गुरु हरगोबिंद साहब फिर खुश होए जी, प्रसन्न होए सिख की यह गल सुन के जी। हाँ जी, भली करी तै सिख परबीना, आखो वाहेगुरु। वह लागे सिख बैठा सी जिन्हें लिखना हुंदा सीगा भी आ सिख गया इन्नी माया लैके आया, आ सिख गया इन्नी माया लैके आया। महाराज उस सिख नूं कहण लगे, लिख दे भाई गड़िए दी माया सीधी साढ़े कोल आ गई। कहण लगे भाई गड़िए ने बहुत चंगा कीता कहिंदे। हाँ जी, सर्ब मसंद जे गुर अगवाई, सब हिन सो कह कह समझाई। ते जिन्ने भी मसंद सतगुरु जी दे पास बैठे सी ना, सच्चे पातशाह महाराज ने सारियां नूं कहा, सिखो गुरपुरब मनाउण वास्ते कदी साडे कोल नहीं आउणा, माया दा साप देण वास्ते। गुरपुरब विच जिन्नी माया लगदी है वह समझो सारी सफली है, ते साडे कोल पहुँच गई। कहण लगे संग नहीं करनी भी शायद गुरु जी कहणगे भी ये माया क्यों इन्नी खर्ची। महाराज कहिंदे नहीं, गुरपुरब ते जिन्नी हो सके उन्नी खर्चो जी। हुण वेखो ना जी, हर एक दे अपने मन दा भाव हैगा जी। मुंबई दे विच एक सिंह ने पिछे जो मैनू मिले, असी किते व्याह दे विच गए सां, भाटिया जी कहिंदे उन्हां नूं जी, जिहड़ी हरिमंदर साहिब दी डैकोरेशन हुंदी गुरु रामदास जी दे गुरपुरब ते जी, तुसीं बड़ी बारी वेख्या जी, वह लखां दे फुल लगदे जी, लखां करोड़ां दे जी। बाहर दे सूबिआं तों भी फुल लिया लिया के उत्थे लाउंदे जी। ते गुरु रामदास जी दा घर है, बहुत सोहणा सजाया जांदा जी, बहुत सोहणा सजाया जांदा। लोक वह सजावट वेखण वास्ते दूरों दूरों आउंदे है जी। हाँ जी, ते मैं एक सिंह नूं कथा करन वाले नूं सुन रहा सी, वह कहिंदा इन्नी माया लाई है वेस्ट ही है सारी, हैं इन्नी माया लाई वेस्ट है, किसी गरीब की धी का विआह करा दो। हाँ जी, तो मैं मन च सोचा भी विआहां ते भी तो लोग करोड़ों रुपये लाउंदे आ, उदों तो नहीं कोई कहिंदा भी किसी गरीब की धी का विआह कराओ, उत्थे ते आप भी विच शामिल हुंदे आ, उदों तो कोई किसी किते नहीं कहिंदा भी गरीब की धी का विआह कराओ। तो जे किसी सिख ने भावना चा के गुरु का घर सजा दिता तो उत्थे ज्ञान घुटन लग पैंदे जी सारे, उत्थे अपनी पेशकारी करन लग पैंदे आ। संगत जी नहीं, गुरु हरगोबिंद साहब जी ने कहा है, गुरु गुरपुरब ते जिन्नी माया खर्ची जावे भलाई है, लंगर लाओ गुरु का गुरपुरब मनाओ भला होवेगा जी।
ਅਤੇ ਭਾਈ ਗੁਰਦਾਸ ਜੀ ਦੀ ਇੱਕ ਪੰਗਤੀ ਕਹਿ ਕੇ ਮੈਂ ਖਿਮਾ ਮੰਗ ਲਵਾਂ। ਭਾਈ ਗੁਰਦਾਸ ਜੀ ਕਹਿੰਦੇ ਮੈਂ ਤਾਂ ਕੁਰਬਾਨ ਹੀ ਜਾਂਦਾ ਵਾਂ ਉਹਨਾਂ ਸਿੱਖਾਂ ਤੋਂ ਜਿਹੜੇ ਪ੍ਰੇਮ ਭਾਵ ਦਾ ਦੇ ਨਾਲ ਗੁਰੂ ਜੀ ਦਾ ਪੁਰਬ ਮਨਾਉਂਦੇ ਹੈ ਜੀ। ਕੁਰਬਾਨੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਗੁਰਪੁਰਬ ਕਰਨਗੇ। ਗੱਜ ਕੇ ਆਖੋ ਵਾਹਿਗੁਰੂ। ਬੱਚੇ ਨੂੰ ਹੌਲੀ ਬੋਲੋ, ਗੱਜ ਕੇ ਆਖੋ ਵਾਹਿਗੁਰੂ। ਹੁਣ ਉਹਦਾ ਕਾਰਨ ਹੈ ਜੀ, ਮੈਂ ਨਾਮ ਨਹੀਂ ਲੈਂਦਾ ਪਰ ਮੈਂ ਇੱਕ ਸਿੱਖ ਦਾ ਹਿਰਦਾ ਦੱਸਦਾ ਜੀ। ਗੁਰੂ ਅਮਰਦਾਸ ਜੀ ਦੀ ਕਥਾ ਸੁਣੀ ਜੀ, ਤਈਏ ਤਾਪ ਦੀ ਉਹ ਕਥਾ ਸੀ। ਕਰੋਨਾ ਕਾਲ ਚੱਲ ਰਿਹਾ ਸੀ ਅਤੇ ਉਸ ਸਿੱਖ ਦਾ ਦੁੱਖ ਦੂਰ ਹੋ ਗਿਆ ਜੀ, ਆਪਣੀ ਸੰਗਤ ਦੇ ਨੇ ਉਹ, ਅਤੇ ਆਪਣੀ ਕਿਰਤ ਕਰਕੇ ਦਸਵੰਧ ਕੱਢ ਕੱਢ ਕੇ, ਅਤੇ ਜਦੋਂ ਗੁਰੂ ਅਮਰਦਾਸ ਜੀ ਦਾ ਗੁਰਪੁਰਬ ਆਉਣਾ ਸੀ ਨਾ ਜੀ, 11,000 ਰੁਪਈਆ ਉਹਨਾਂ ਨੇ ਲਿਆ ਕੇ ਸਾਨੂੰ ਦਿੱਤਾ ਜੀ। ਕਹਿੰਦੇ ਵੀ ਗੁਰਪੁਰਬ ਚਾਅ ਨਾ ਮਨਾਉਣਾ ਜੀ, ਸੰਗਤ ਨੂੰ ਵਧੀਆ ਪਦਾਰਥ ਛਕਾਓ ਜੀ। ਹਾਂਜੀ, ਹੁਣ ਇਹਦਾ ਭਾਵ ਸਮਝਿਓ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਮੈਂ ਕਦੀ ਤੁਹਾਡੇ ਕੋਲ ਸਿੱਖੋ ਮਸੰਦੋ ਸਾਹਿਬ ਨਹੀਂ ਮੰਗਾਂਗਾ, ਪਰ ਗੁਰਪੁਰਬ ਚੜ੍ਹਦੀ ਕਲਾ ਨਾਲ ਮਨਾਇਓ। ਕਹਿੰਦੇ ਗੁਰਪੁਰਬ ਵਧੀਆ ਮਨਾਇਓ, ਅਤੇ ਇਕੱਲਾ ਮਸੰਦਾਂ ਨੇ ਨਹੀਂ ਮਨਾਉਣਾ ਹੁੰਦਾ, ਹਰ ਸਿੱਖ ਦਾ ਫਰਜ਼ ਹੈ ਗੁਰੂ ਜੀ ਦਾ ਪੁਰਬ ਮਨਾਉਣਾ ਜੀ, ਗੁਰੂ ਜੀ ਦਾ ਪੁਰਬ ਮਨਾਉਣਾ। ਇਸ ਕਰਕੇ ਇਤਿਹਾਸ 'ਚ ਬਚਨ ਆਉਂਦੇ ਆ, ਜਥਾ ਸ਼ਕਤ ਥੋਰੋ ਮੈਂ ਥੋਰ। ਜਥਾ ਸ਼ਕਤ ਕਹਿੰਦੇ ਆ ਜਿੰਨੀ ਪਹੁੰਚ ਹੈ ਬੰਦੇ ਦੀ, ਸਮਰੱਥਾ ਹੈ। ਕਹਿੰਦੇ ਜਿੰਨੀ ਤੁਹਾਡੀ ਸਮਰੱਥਾ ਹੈ ਨਾ, ਉਹਦੇ 'ਚੋਂ ਥੋੜ੍ਹਾ ਅੱਗੋਂ ਉਹਦੇ 'ਚੋਂ ਵੀ ਥੋੜ੍ਹਾ ਯਤਨ ਕਰੋ, ਪਰ ਸਿੱਖੋ ਗੁਰੂ ਦੇ ਗੁਰਪੁਰਬ ਨੂੰ ਜ਼ਰੂਰ ਮਨਾਇਆ ਕਰੋ। ਕਹਿੰਦੇ ਮਹਾਰਾਜ ਨੇ ਸਿੱਖ ਨੂੰ ਕਿਹਾ ਭਾਈ ਗੜੀਏ ਵਾਲੇ ਵਹੀ ਖਾਤੇ 'ਚ ਲਿਖ ਦਿਓ, ਭਾਈ ਗੜੀਏ ਦੀ ਮਾਇਆ ਸਿੱਧੀ ਸਾਡੇ ਕੋਲ ਆ ਗਈ। ਕਹਿੰਦੇ ਸੋ ਮਹਾਰਾਜ ਕਿਰਪਾ ਕਰਨ, ਭਾਈ ਗੁਰਦਾਸ ਜੀ ਲਿਖਦੇ ਆ ਕੁਰਬਾਨੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ। ਅਤੇ ਮੈਂ ਸ਼ਾਇਦ ਪਿੱਛੇ ਜੇ ਵੀ ਉਦਾਹਰਨ ਦਿੱਤੀ ਸੀ, ਸਾਡੇ ਅੰਮ੍ਰਿਤਸਰ ਵਿੱਚ ਹੀ ਫੁੱਲਿਆਂ ਦੀ ਰੇਹੜੀ, ਫੁੱਲਿਆਂ ਦੀ ਜੀ, ਭਾਈ ਅਮਨਦੀਪ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ, ਉਹਨਾਂ ਨੇ ਮੈਨੂੰ ਇਹ ਗੱਲ ਸੁਣਾਈ। ਕਹਿੰਦੇ ਉਹਦੀ ਫੁੱਲਿਆਂ ਦੀ ਰੇਹੜੀ ਸੀ, ਉਹਦੇ ਮਨ 'ਚ ਚਾਅ ਆਇਆ ਵੀ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਹੈ ਅਤੇ ਮੈਂ ਵੀ ਆਪਣੇ ਘਰ ਗੁਰਪੁਰਬ ਮਨਾਉਣਾ। ਅਤੇ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕਰਨੈਲ ਸਿੰਘ ਜੀ ਨਾਲ ਉਹਨਾਂ ਨੇ ਗੱਲ ਕੀਤੀ। ਹੁਣ ਇਹ ਵੀ ਬੜਾ ਰੱਖਦੇ ਆ ਲੋਕ ਵੀ ਰਾਗੀ ਪੈਸੇ ਬਹੁਤ ਲੈਂਦੇ ਆ, ਹਾਂਜੀ, ਪਰ ਉਸ ਸਿੱਖ ਨੇ ਜਦੋਂ ਗੱਲ ਕੀਤੀ, ਭਾਈ ਕਰਨੈਲ ਸਿੰਘ ਜੀ ਕਹਿੰਦੇ ਤੂੰ ਗੁਰਪੁਰਬ ਮਨਾ, ਮੈਂ ਫ੍ਰੀ ਕੀਰਤਨ ਕਰਾਂਗਾ ਆ ਕੇ, ਕੋਈ ਪੈਸੇ ਨਹੀਂ ਲਵਾਂਗਾ, ਤੂੰ ਮਹਾਰਾਜ ਦਾ ਗੁਰਪੁਰਬ ਮਨਾ ਆਪਣੇ ਘਰ। ਉਹਨੇ ਆਪਣੇ ਘਰ ਗੁਰਪੁਰਬ ਮਨਾਇਆ ਸਾਧ ਸੰਗਤ ਜੀ। ਸੋ ਵੱਡੇ ਭਾਗ ਹੁੰਦੇ ਆ, ਇਹੋ ਜਿਹੇ ਫੁਰਨੇ ਬਣਦੇ ਆ, ਅਤੇ ਸਾਨੂੰ ਤਾਂ ਮਹਾਰਾਜ ਨੇ ਕਿੰਨੀ ਸੋਹਣੀ ਥਾਂ ਬਖਸ਼ਿਸ਼ ਕੀਤੀ ਹੈ, ਕਿੰਨਾ ਸੋਹਣਾ ਸਤਿਸੰਗ ਦਾ ਮਾਹੌਲ ਬਖਸ਼ਿਸ਼ ਕੀਤਾ, ਆਪਾਂ ਇੱਥੇ ਚਾਅ ਨਾਲ ਗੁਰਪੁਰਬ ਮਨਾਈਏ। ਧਰਮਸ਼ਾਲਾ ਹੈ ਹੀ ਇਹਦਾ ਨਾਮ ਹੈ ਜੀ। ਸੋ ਸਤਿਗੁਰੂ ਜੀ ਮਿਹਰ ਕਰਨ, ਕਿਰਪਾ ਕਰਨ, ਬਖਸ਼ਿਸ਼ ਕਰਨ। ਇਸ ਤਰੀਕੇ ਨਾਲ ਭਾਈ ਗੜੀਆ ਜੀ ਨੇ ਸਿੱਖੀ ਕਮਾਈ ਜੀ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ, ਭਾਈ ਗੜੀਆ ਜੀ ਬਾਬਾ ਬਕਾਲਾ ਸਾਹਿਬ ਪਹੁੰਚੇ ਸੀਗੇ ਜੀ। ਇਹਦੇ ਤੋਂ ਅੱਗੇ ਕਥਾ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ, 2-4 ਮਿੰਟ ਜਿਹੜੇ ਪਏ ਆ, ਆਓ ਪਿਆਰਿਓ ਨਾਮ ਵਿੱਚ ਸੁਰਤੀਆਂ ਜੋੜੀਏ। ਮੁੱਖ ਵਿੱਚ ਨਾਮ, ਹਿਰਦੇ 'ਚ ਗੁਰੂ ਜੀ ਦਾ ਧਿਆਨ, ਮੋਹ ਰਹਿਤ ਜੀਵਨ, ਇਹੋ ਹੀ ਵੱਡੀ ਗੁਰਮਤ ਹੈ। ਇਹਦੇ ਤੋਂ ਉੱਤੇ ਹੋਰ ਜਿੰਨੀ ਵੀ ਬਚਨ ਨੇ ਉਹ ਇਹਦੇ ਵਿੱਚ ਹੀ ਆਉਂਦੇ ਆ ਸਾਰੇ ਜੀ। ਸਵਾਓ ਪ੍ਰੇਮ ਨਾਲ ਸੁਰਤੀਆਂ ਜੋੜੀਏ ਗੁਰੂ ਜੀ ਦੇ ਚਰਣਾਂ ਵਿੱਚ। ਜਿੰਨਾ ਸਮਾਂ ਨਾਮ ਜਪਣਾ ਕੋਸ਼ਿਸ਼ ਕਰਿਓ ਅੱਖਾਂ ਬੰਦ ਕਰਕੇ ਰੱਖਿਓ। ਬੱਚਿਆਂ ਨੂੰ ਮੇਰੀ ਬੇਨਤੀ ਹੈ ਵੀ ਹੌਲੀ ਬੋਲਿਓ,
आवाज रला के बोलियो प्यार नाल सारे सत नाम वाहे गुरु 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 वाहे गुरु धन वाहे गुरु वाहे गुरु धन वाहे गुरु गुरु जी मेहर करन असी वाकई गुरु जी की मत नू कमा सकीए ये सतगुरु जी के चरणों में असी अरदास करनी है क्योंकि इत्थे अपना जोर कोई नहीं है सतसंग जी इत्थे जिहड़ा अरदास करदा है तरले लई जांदा है उहदी महाराज सुन लैंदे है जी इस करके अरदास बेनती करनी है होईआं भुल्लां चुक्कां की खिमा बख्शिश करनी जी प्यार दे नाल दोवें हथ जोड़ के सारी संगत गज के फतेह बुलाओ जी वाहेगुरु जी का खालसा वाहेगुरु जी की फतेह।